ਪਹਿਲੀ ਗੱਲ ਆ ਜਿਹੜੇ ਬੈਠੇ ਆ ਅਸੀਂ ਸਿੱਖਾਂ ਦੇ ਬੱਚੇ ਨਹੀਂ ਸਿੱਖ ਹੋਈ ਨੇ ਜਿਹੜੇ ਅਕਾਲੀ ਦਲ ਬਾਦਲ ਦੇ ਨਾਲ ਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਨੇ ਉਹਨਾਂ ਦੀ ਸਿੱਖਾਂ ਦੀ ਪਰਿਭਾਸ਼ਾ ਹੀ ਵੱਖਰੀ ਕਰਤੀ ਸਾਡੇ ਘਰਾਂ ਦੇ ਵਿੱਚ ਵੀ ਗੁਰਬਾਣੀ ਚੱਲਦੀ ਸਾਡੇ ਘਰਾਂ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਹੁੰਦੇ ਆ ਸਾਡੇ ਘਰਾਂ ਦੇ ਵਿੱਚ ਅਸੀਂ ਰੋਜ਼ ਸਵੇਰੇ ਕੀਰਤਨ ਸੁਣਦੇ ਹਾਂ ਇਹ ਜਿਹੜਾ ਮੈਂ ਸਮਝਾਂ ਕਿ ਇਹ ਗੱਲ ਜਾਣ ਬੁੱਝ ਕੇ ਕਹੀ ਜਾ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਬਿੱਲ ਲਿਆਂਦਾ ਗਿਆ ਇਹ ਨਾ ਤੇ ਸਿੱਖਾਂ ਦੇ ਕੋਈ ਧਾਰਮਿਕ ਮਾਮਲੇ 'ਚ ਦਖਲਦਾ ਜੀ ਨਾ ਕੋਈ ਸਿੱਖ ਵਿਰੋਧੀ ਹੈ ਇਹ ਤਾਂ ਪਹਿਲਾਂ ਉਹ ਬਿੱਲ ਹੈ ਜਿਹਨੇ ਪਿਛਲੇ 11 ਸਾਲ ਤੋਂ ਪੀ ਟੀ ਸੀ ਵਾਲਿਆਂ ਦੇ ਕਿੰਨਾ ਇਹਦੇ 'ਤੇ ਮੁਨਾਫਾ ਕਮਾਇਆ ਕਿੰਨੇ ਉਹਨਾਂ ਨੇ ਪੈਸੇ ਉਹ ਕੌਣ ਲੋਕ ਸੀ ਜਿਹੜਾ ਪੀ ਟੀ ਸੀ 'ਤੇ ਉਹਨਾਂ ਲਿਆ ਕਿਉਂ ਇੱਕ ਨੂੰ ਦਿੱਤਾ ਗਿਆ ਔਰ ਹੁਣ ਦੁੱਖ ਹੋਇਆ ਜਦੋਂ ਟਵੀਟ ਕੀਤਾ ਮਾਨ ਸਾਹਿਬ ਨੇ ਉਸ ਵੇਲੇ ਐਸ ਜੀ ਪੀ ਸੀ ਵਾਲੇ ਪ੍ਰਧਾਨ ਜੀ ਅੱਗੇ ਆ ਗਏ ਕਿ ਅਸੀਂ ਇਹਦਾ ਟੈਂਡਰ ਕਰ ਰਹੇ ਸਰ ਅਸੀਂ ਸਿੱਖ ਹਾਂ ਜਾਲੀ ਸਾਹਿਬ ਕਾਹਦਾ ਟੈਂਡਰ ਕਰ ਰਹੇ ਕਾਹਦਾ ਟੈਂਡਰ ਹੋਏਗਾ ਗੁਰਬਾਣੀ ਦਾ ਟੈਂਡਰ ਮੈਂ ਕਹਿੰਦਾ ਕਿ ਕਿਸੇ ਜੇ ਪ੍ਰਧਾਨ ਨੇ ਇਹਦੋ ਹੋਰ ਮਾਰੇ ਕੀ ਗੱਲ ਹੋ ਸਕਦੀ ਹੈ ਕਿ ਅਸੀਂ ਆਪਣੇ ਗੁਰੂ ਦੀ ਬਾਣੀ ਦਾ ਜਿਹੜਾ ਉਹਦਾ ਟੈਂਡਰ ਕਰ ਰਹੇ ਹਾਂ ਕਿ ਆਓ ਜੀ ਅਸੀਂ ਟੈਂਡਰ ਕਿਉਂ ਕਰੀਏ ਸਰ ਅਸੀਂ ਫਰੀ ਦੇ ਅਸੀਂ ਫਰੀ ਨਹੀਂ ਕਹਿ ਰਹੇ ਅਸੀਂ ਸਭ ਲਈ ਫਰੀ ਕਹਿ ਰਹੇ ਕਾਹਦੇ ਟੈਂਡਰ ਦੀ ਲੋੜ ਹੈ ਇਹ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੇ ਆ ਆਹ ਪੰਜਾਬ ਦੇ ਸਿੱਖਾਂ ਦੇ ਨੁਮਾਇੰਦੇ ਉਹ ਕੌਣ ਨੇ ਕੋਈ ਬਾਹਰ ਦੇ ਲੋਕ ਥੋੜੇ ਸਾਜੀ ਇਹ ਲੋਕਾਂ ਨੇ ਸਿੱਖਾਂ ਦੇ ਵੋਟਾਂ ਪਾਈਆਂ ਅਸੀਂ ਬੈਠ ਕੇ ਵਿਧਾਨ ਸਭਾ ਦੇ ਵਿੱਚ ਇਹੀ ਗੱਲ ਕਰਦੇ ਸਾਜੀ ਉਹਨਾਂ ਦੇ ਵਿੱਚ ਜੇ ਲੋੜ ਪਊਗੀ ਜਿਹੜੇ ਜਿਹੜੇ ਟੈਂਡਰ ਕਰਨਾ ਚਾਹੁੰਦੇ ਰਾਲੀ ਸਾਹਿਬ ਜਿਹੜੇ ਟੈਂਡਰ ਕਰਨਾ ਚਾਹੁੰਦੇ ਆ ਉਹਨਾਂ ਨਾਲ ਕੀ ਪਈਏ ਗੁਰਬਾਣੀ ਦਾ ਟੈਂਡਰ ਕਰਨਾ ਸਹੀ ਆ ਦੱਸੋ ਇਹ ਸਹੀ ਆ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹੋ ਕਿ ਆਪਣੇ ਸ਼ਬਦ ਵਾਪਸ ਲੈ ਗੁਰਬਾਣੀ ਦਾ ਟੈਂਡਰ ਕਿੱਦਾਂ ਹੋਣਗੇ ਬੋਲੇ ਇਹ ਤੁਹਾਨੂੰ ਨਿੰਦਾ ਕਰਨੀ ਚਾਹੀਦੀ ਸਾਹ ਸਾਡਾ ਮਨ ਦੁਖੀ ਆ ਕਿ ਤੁਸੀਂ ਸਾਡੀ ਬਾਣੀ ਦਾ ਟੈਂਡਰ ਕਰਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਬਿੱਲ ਹੈ ਬਿਲਕੁਲ ਕੋਈ ਏਦਾਂ ਦਾ ਨਹੀਂ ਹੈ ਨਾ ਹੀ ਸਿੱਖ ਵਿਰੋਧੀ ਹੈ ਨਾ ਹੀ ਸਿੱਖਾਂ ਦੇ ਕੋਈ ਏਦਾਂ ਦੇ ਮਾਮਲੇ ਚ ਦਖਲਦਾਰੀ ਦੇ ਰਹੇ ਨਾ ਸਾਨੂੰ ਸਾਹ ਸਿੱਖਾਂ ਨੂੰ ਵੱਖਰਾ ਕਰਦੇ ਵੇਖਿਆ ਜਾਵੇ ਅਸੀਂ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਬਹੁਤ ਧੰਨਵਾਦ ਸਿੱਖ ਹੋਈਏ।